ਜੀ ਕਿਵੇਂ ਰਿਹਾ? ਬਹੁਤ ਵਧੀਆ ਵੀਰੇ, ਬਹੁਤ ਵਧੀਆ ਰਿਹਾ। ਬਟ ਪਹਿਲਾਂ ਥੋੜੀ ਨਰਵਸ ਸੀ, ਬਹੁਤ ਜ਼ਿਆਦਾ ਨਰਵਸ ਸੀ ਤੁਸੀਂ। ਸੋ ਜਿਹੜੀਆਂ ਗਲਤੀਆਂ ਮੈਂ ਕਦੀ ਨਹੀਂ ਦੇਖੀਆਂ, ਅੱਜ ਦੇਖੀਆਂ, ਬਿਕੋਜ਼ ਐਗਜ਼ਾਮ ਦਾ ਪ੍ਰੈਸ਼ਰ ਆ ਜਾਂਦਾ। ਬਟ ਉਹ ਤੁਸੀਂ ਪੇਪਰ 'ਚ ਕਿਵੇਂ ਫਿਰ ਡੀਲ ਕੀਤਾ? ਮਤਲਬ ਮੈਂ ਜਾਣਨਾ ਚਾਹੁੰਦਾ, ਕਿਉਂਕਿ ਅਗਲੇ ਬੱਚਿਆਂ ਦਾ ਵੀ ਆਉਂਦਾ ਹੈ, ਉਹਨਾਂ ਨੂੰ ਕੀ ਕਹਾਂ? ਪੇਪਰ ਦੇ ਵਿੱਚ ਮੋਸਟਲੀ ਜਦੋਂ ਹੁੰਦਾ ਨਾ ਕਿ ਆਪਾਂ ਅਨਕਲ ਐਨੀਥਿੰਗ ਐਲਸ? ਬੱਚੇ ਪਿੱਛੇ ਬੈਠੇ ਨੇ, ਉਹਨਾਂ ਦਾ ਐਗਜ਼ਾਮ ਨੇ, ਉਹਨਾਂ ਤੋਂ ਬੈਸਟ ਆਫ ਲੱਕ ਕੀ ਅਗਰੇ ਤੇ ਕੀ ਮੰਤਰ, ਗੁਰੂ ਮੰਤਰ, ਜਿੱਦਾਂ ਹੁਣ ਸੀਨੀਅਰ ਹੋ ਗਏ ਤੇ ਕੀ ਲਾਸਟ ਕੁਛ ਚੀਜ਼ਾਂ ਜੇ ਕਿਸੇ ਨੂੰ ਆਪਣੇ ਦੋਸਤ ਨੂੰ ਭੇਜਣਾ ਹੋਵੇ ਵੀ ਜਾ? ਮੇਨਲੀ ਤਾਂ ਬਸ ਇਹੀ ਹੈ ਵੀ ਆਪਦਾ ਪ੍ਰੋਪਰ ਕਲਾਸਿਸ ਲਓ, ਠੀਕ ਹੈ, ਪਹਿਲਾਂ ਆਬਜ਼ਰਵੇਸ਼ਨ ਆਪਦੀ ਕਰੋ ਵੀ ਭਾਈ ਤੁਸੀਂ ਕਿੰਨਾ ਕੁ ਕਰ ਸਕਦੇ। ਬਾਕੀ ਨਰਵਸਨੈਸ ਦੀ ਰਹੀ ਗੱਲ, ਉਹ ਥੋੜ੍ਹੀ ਦੂਰ ਹੋ ਜਾਂਦੀ ਹੈ ਰੂਟ ਕਰੀ। ਥੈਂਕ ਯੂ ਸੋ ਮਚ, ਕੰਗਰੈਚੁਲੇਸ਼ਨ।